आशिक होवी ता इश्क कमावी दिल रखी वांग पहाड़ा यार वलों कदी मुख ना मोड़ी भवे काफिर कहन हजार। सब तो पहला प्रवान करो सरबजीत सिंह टक वालों प्यार भरी सत श्री अकाल ते तुहाडा सारिआं दा निघा स्वागत साढ़े इस प्रोग्राम गीतां दी छणकार विच। जिस तरह असीं तुहाडे नाल वादा किया कि असीं तुहानूं अपने इस प्रोग्राम विच हमेशा ऐसे गायक नाल बुलाया करांगे जिसने अपने मुल्क तो आके एक बेगानी धरती ते भी अपने गीतां नूं अपने विरसे नूं संभाल के रख्या। सो दोस्तो इसे लड़ी में असीं तुहानूं मिलाउण जा रहे हैं एक ऐसी शख्सियत नाल जिसने अपने मुल्क तो आके इस बेगाने मुल्क विच यानी कि फिनलैंड की धरती से यूरोप की धरती से आके भी अपने गीत नूं अपने सभ्याचार नूं अपने गीतां राही बचा के रख्या। तो आओ थोड़ी मुलाकात कराने उस शख्सियत नाल जिसका नाम है शेर जंग बहादुर जी। शेर जंग बहादुर थोड़ा बहुत बहुत स्वागत साढ़े इस प्रोग्राम गीत की छणकार विच। सब तो पहला तुसीं भी दर्शकों नूं सत श्रीकाल बुला लो। जी वाहेगुरु जी का खालसा वाहेगुरु जी की फतेह। शेर जंग बहादुर जी सब तो पहला सानूं तुसीं इह दस्सो साढ़े दर्शकों नूं कि तुसीं पंजाब तो कित्थों बिलोंग करदे हो। सरबजीत जी मैं पंजाब तो जगराऊं शहर है। हाँ जी जगराऊं तो मेरा पिंड भम्मीपुरा 8 किलोमीटर है। अच्छा जी मैं भम्मीपुरे पिंड का जमपन ते उस तो बाद मेरा जिहड़ा रुझान सी वह लोक गीतां दे नाल। हाँ जी मैं तुहानूं इह पुछणा वी तुहाडा इह रुझान लोक गीतां वल या गायकी वल किद्दां पिआ। देखो लोक गीतां वल रुझान मेरा गीतां वल इस तरह पिआ कि मैनूं पहला शौक मेरे चाचा जी नूं सीगा उह बहुत वधिया लेखक भी सी ते हीर भी गाउंदे सीगे। की नां सी उहनां दा? उहनां दा भाग सिंह भम्मीपुरी। अच्छा जी अच्छा जी उहनां तों सानूं इह चिणक लगी। हाँ जी ਅਤੇ ਫਿਰ ਇਹ ਜਿਹੜਾ ਸ਼ੌਕ ਸੀ ਮੇਰੇ ਵੱਡੇ ਭਾਈ ਅੰਦਰ ਆਇਆ ਉਹਨਾਂ ਨੇ ਵੀ ਕਾਫੀ ਤੌਰ 'ਤੇ ਇਹ ਇੰਡੀਅਨ ਥੀਏਟਰ NSD ਸਕੂਲ ਆਫ ਡਰਾਮਾ ਹਾਂਜੀ ਉੱਥੋਂ ਪਾਰਟੀਸਪੇਟ ਕਰਦੇ ਹੋਏ ਹੁਣ ਇੰਗਲੈਂਡ ਦੀ ਧਰਤੀ 'ਤੇ ਉਹ ਆਪਣੇ ਪਰਿਵਾਰਕ ਮਾਹੌਲ ਇੱਕ ਇਸ ਤਰ੍ਹਾਂ ਦਾ ਸੀ ਇੱਕ ਪਰਿਵਾਰਕ ਮਾਹੌਲ ਇਸ ਤਰ੍ਹਾਂ ਦਾ ਸੀ। ਅੱਛਾ ਜੀ ਅਤੇ ਫਿਰ ਤੁਸੀਂ ਜਦੋਂ ਗਾਇਕੀ ਸ਼ੁਰੂ ਕੀਤੀ ਮਤਲਬ ਤੁਹਾਡਾ ਉਹ ਜਿਹੜਾ ਜੀਵਨ ਸ਼ੁਰੂ ਹੋਇਆ ਉਹ ਕਿਸ ਤਰ੍ਹਾਂ ਸ਼ੁਰੂ ਹੋਇਆ? ਇਹ ਬੜਾ ਕੁਐਸਚਨ ਤੁਸੀਂ ਬਹੁਤ ਖੂਬਸੂਰਤ ਕੀਤਾ ਕਿ ਇਸ ਵਕਤ ਮੈਂ ਗਾਇਕੀ ਸ਼ੁਰੂ ਕੀਤੀ ਗਾਇਕੀ ਦਾ ਸ਼ੌਕ ਮੈਨੂੰ ਬਚਪਨ ਤੋਂ ਸੀ। ਮੈਂ 6 ਸਾਲ ਦਾ ਸੀ ਜਿਸ ਵਕਤ ਕਿ ਮੈਨੂੰ ਹਾਲੇ ਵੀ ਯਾਦ ਆ ਉਹ ਗੀਤ ਜਿਸ ਵਕਤ ਕੰਘਿਆ ਵਾਲਿਆ ਤੇਰੀ ਸ਼ਾਨ ਨਰਾਲੀ ਹੈ ਮੇਰਾ ਪਹਿਲਾ ਉਹ ਆਵਾਜ਼ ਦੇ ਵਿੱਚੋਂ ਮੇਰੇ ਜ਼ੁਬਾਨ ਦੇ ਵਿੱਚੋਂ ਗੀਤ ਨਿਕਲਿਆ। ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਕਿ ਜਿਹੜਾ ਤਾਂ ਅਸੀਂ ਪਹਿਲਾ ਗੀਤ ਤੁਹਾਡੀ ਜ਼ੁਬਾਨ 'ਚੋਂ ਨਿਕਲਿਆ ਸਾਡੇ ਦਰਸ਼ਕ ਵੀ ਉਹਨਾਂ ਨੂੰ ਸੁਣਨਾ ਚਾਹੁੰਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਉਹ ਗੀਤ ਗਾ ਕੇ ਸੁਣਾਓ। ਹੁਣ ਜੀ ਉਹ ਗੀਤਾਂ ਚਾਹੇ ਉਹਦੀਆਂ ਚੰਦ ਲਾਈਨਾਂ ਹੀ ਹੋਣ ਲੇਕਿਨ ਤੁਸੀਂ ਗਾ ਕੇ ਸੁਣਾਓ। ਕਲਗੀਆਂ ਵਾਲਿਆ ਤੇਰੀ ਸ਼ਾਨ ਨਰਾਲੀ ਏ ਦੇਸ਼ ਲਈ ਕੁਰਬਾਨੀ ਤੇਰੀ ਪਾਰੀ ਏ। ਕੀ ਬਾਤ ਕੀ ਬਾਤ ਇੱਕ ਜਮਲੇ ਦੀ ਆਵਾਜ਼ ਸੀ ਮੇਰੀ ਘਰ ਚੋਂ ਨਿਕਲੀ। ਅੱਛਾ ਜੀ ਉਸ ਤੋਂ ਬਾਅਦ ਇਹ ਮੇਰਾ ਲੋਕ ਗਾਇਕੀ ਦਾ ਔਰ ਗਾਇਕੀ ਦਾ ਖੇਤਰ ਵੱਲ ਨੂੰ ਮੈਂ ਵਧਿਆ। ਅੱਛਾ ਜੀ ਤੇ ਤੁਸੀਂ ਫਿਰ ਇਹ ਲੋਕ ਗਾਇਕੀ ਸਿਰਫ ਮਤਲਬ ਸਕੂਲ ਲੈਵਲ ਤੇ ਕੀਤੀ ਜਾਂ ਕੋਈ ਪ੍ਰੋਫੈਸ਼ਨਲ ਲੈਵਲ ਤੇ ਵੀ ਆਪਣੇ ਆਪ ਨੂੰ ਤੁਸੀਂ ਲੈ ਕੇ ਗਏ? ਕਿਉਂਕਿ ਸਰ ਮੈਨੂੰ ਪਤਾ ਲੱਗਿਆ ਸ਼ਾਇਦ ਤੁਸੀਂ ਆਪਣੇ ਜਲੰਧਰ ਟੀਵੀ ਤੇ ਵੀ ਪ੍ਰੋਗਰਾਮ ਕਰਦੇ ਸੀਗੇ। ਹਾਂਜੀ ਹਾਂਜੀ ਤੇ ਉਹਦੇ ਬਾਰੇ ਸਾਨੂੰ ਕੁਝ ਦੱਸੋ। ਮੈਂ 10ਵੀਂ ਵਿੱਚ ਪੜ੍ਹਦਾ ਸੀ ਜਿਸ ਵਕਤ ਮੈਨੂੰ ਸ਼ੌਕ ਹੋਇਆ ਵੀ ਮੈਂ ਲੋਕ ਗੀਤ ਸੁਣਦਾ ਸੀ। ਮੈਨੂੰ ਗੀਤਾਂ ਦੇ ਨਾਲ ਰੇਡੀਓ ਦੇ ਨਾਲ ਬੜਾ ਵਧੀਆ ਮੈਨੂੰ ਰੁਝਾਨ ਸੀ। ਮੈਂ ਰੇਡੀਓ ਹਮੇਸ਼ਾ ਸੁਣਦਾ ਅਤੇ ਉਹਦੇ ਵਿੱਚ ਜਿਸ ਵਕਤ ਮੈਂ ਜੁਗਬਾਣੀ ਦੇ ਕਲਾਕਾਰ ਸੁਣਨੇ ਮੈਂ ਜੁਗਬਾਣੀ ਦੇ ਵਿੱਚ ਪ੍ਰੋਗਰਾਮ ਦੇਣ ਵਾਸਤੇ ਗਿਆ ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਪਹਿਲੀ ਵਾਰ ਉੱਥੇ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ। ਅੱਛਾ ਜੀ ਅਤੇ ਫਿਰ ਮੈਂ ਜੁਗਬਾਣੀ 'ਚੋਂ ਪ੍ਰੋਗਰਾਮ ਦੇਣੇ ਸ਼ੁਰੂ ਕਰਦੇ ਰੇਡੀਓ ਤੋਂ। ਅੱਛਾ ਜੀ ਇਹ ਕਿਸ ਸਾਲ ਦੀ ਗੱਲ ਕਰ ਰਹੇ ਹੋ ਤੁਸੀਂ? ਇਹ ਸਨ ਬਹੁਤ ਪੁਰਾਣੇ ਕਿ ਹੁਣ ਮੈਨੂੰ ਯਾਦ ਨਹੀਂ ਹੈ। ਹਾਂਜੀ ਹਾਂਜੀ ਅਤੇ ਉਸ ਤੋਂ ਬਾਅਦ ਜਾ ਕੇ ਫਿਰ ਮੈਨੂੰ ਇਹ ਸ਼ੌਕ ਪਿਆ। ਮਿਰਜ਼ਾ ਗਾਇਆ ਸੱਸੀ ਗਾਈ ਦੁੱਲਾ ਗਾਇਆ ਜੌੜਾ ਮੌਰ ਗਾਇਆ ਇਹੋ ਲੋਕ ਗਸਾਵਾਂ ਗਾਉਂਦੇ ਸੀਗੇ। ਅੱਜ ਤੁਸੀਂ ਸਾਨੂੰ ਕੀ ਸੁਣਾਓਗੇ? ਅੱਜ ਤੁਹਾਨੂੰ ਜੀ ਅਸੀਂ ਜਿਹੜਾ ਕਿ ਰੇਡੀਓ ਤੋਂ ਪਾਪੂਲਰ ਗੀਤ ਹੋਇਆ ਤੁਹਾਨੂੰ ਕਿੱਕਰੇ ਨੀ ਕੰਡਿਆਲੀਏ ਜੀ। ਕਿਆ ਬਾਤ ਹੈ ਕਿੱਕਰੇ ਕੰਡਿਆਲੀ ਤੇਰੀ ਠੰਡੜੀ ਛਾਂ ਜਿਹੜਾ ਕਿ ਦਿਹਾਤੀ ਪ੍ਰੋਗਰਾਮ ਦੇ ਵਿੱਚ ਮੈਂ ਫਿਰ ਇਹ ਗੀਤ ਗਾਇਆ ਲੋਕਾਂ ਦਾ ਮੇਰੀ ਪਹਿਚਾਣ ਬਣੀ ਇਸ ਗੀਤ ਦੇ ਨਾਲ। ਅੱਛਾ ਜੀ ਅਤੇ ਮੈਂ ਤੁਹਾਨੂੰ ਉਹੀ ਗੀਤ ਆ ਜਾਓ ਇਰਸ਼ਾਦ ਜੀ ਮੈਂ ਤੁਹਾਨੂੰ ਸੁਣਾ ਰਿਹਾ ਇਹ ਕਿਆ ਬਾਤ ਹੈ ਤੂੰ ਵੀ ਦੇ ਨਾਲ। ਹਾਂਜੀ ਤੁਹਾਨੂੰ ਗੀਤ ਸੁਣਾ ਰਿਹਾ ਇਰਸ਼ਾਦ ਜੀ।
ਫਿਕਰੇ ਨੀ ਕੰਡਿਆੜੀਏ ਤੇਰੀ ਠੰਡੜੀ ਛਾਂ ਲੱਗ ਲੱਗ ਗਈਆਂ ਮਜ਼ਲ ਸਾਂ ਬਹਿ ਬਹਿ ਕੇ ਦੀਵਾਂ ਫਿਕਰੇ ਨੀ ਕੰਡਿਆੜੀਏ ਬਾਰੀ ਵਿੱਚ ਖਲੋਤੀ ਏ ਤੂੰ ਸ਼ੀਸ਼ਾ ਨਾਲ ਸ਼ਿਕਾਰ ਸ਼ੀਸ਼ਾ ਨਾਲ ਸ਼ਿਕਾਰ ਇਸ ਜਵਾਨੀ ਦੇ ਹਾਣ ਦਾ ਮਹੀ ਵੜ ਗਿਆ ਮੈਂ ਕਿਕਰੇ ਨੀ ਕੰਡਿਆੜੀਏ ਤੇਰੀ ਠੰਡੜੀ ਜ਼ੁਲਫਾਂ ਰੱਖ ਗੁੰਦਾਲੀਆਂ ਤੂੰ ਨੈਣਕ ਵਾਲੇ ਰੋ ਨੈਣਕ ਵਾਲੇ ਰੋ ਜ਼ੁਲਫਾਂ ਰੱਖ ਗੁੰਦਾ ਲਿਆ ਤੂੰ ਨੈਣਕ ਵਾਲੇ ਰੋ ਨੈਣਕ ਵਾਲੇ ਰੋ ਇਸ ਜਵਾਨੀ ਦੇ ਹਾਣ ਦਾ ਤੈਨੂੰ ਮਿਲਿਆ ਨਾ ਮਹਿਰਮ ਕੋਈ ਕਿਕਰੇ ਨੀ ਕੰਡਿਆੜੀਏ ਤੇਰੀ ਠੰਡੜੀ ਛਾਂ ਮੱਛੀਓ ਨੀ ਜਲ ਰਹਿੰਦੀ ਓ ਨਾ ਵੱਡ ਵੱਡ ਖਾਇਓ ਮਾਂ ਵੱਡ ਵੱਡ ਖਾਇਓ ਮਾਂ ਮੱਛੀਓ ਨੀ ਜਲ ਰਹਿੰਦੀ ਨਾ ਵੱਡ ਵੱਡ ਖਾਇਓ ਮਾਂ ਵੱਡ ਵੱਡ ਖਾਇਓ ਮਾਂ ਇੱਕ ਖਾਓ ਨਾ ਨੈਣ ਅਸਾਡੇ ਇੱਕ ਖਾਓ ਨਾ ਨੈਣ ਸਾਡੇ ਸਾਨੂੰ ਮਾਹੀ ਮਿਲਣ ਦੀ ਆਸ ਕਿਕਰੇ ਨੀ ਕੰਡਿਆੜੀਏ ਤੇਰੀ ਠੰਡੜੀ ਛਾਂ ਉਹ ਲੱਗ ਲੱਗ ਗਈਆਂ ਮਜਲਸਾਂ ਲੱਗ ਲੱਗ ਗਈਆਂ ਮਜਲਸਾਂ ਬਹਿ ਬਹਿ ਗਏ ਦੀਵਾਨ ਕਿਕਰੇ ਨੀ ਕੰਡਿਆੜੀਏ ਕਿਕਰੇ ਨੀ ਕੰਡਿਆੜੀਏ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸ਼ਿਵ ਸ਼ਰਮ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਗੀਤ ਸੁਣਾਇਆ ਸਾਡੇ ਦਰਸ਼ਕਾਂ ਨੂੰ ਜਦੋਂ ਵੀ ਆਪਾਂ ਗੱਲ ਕਰ ਰਹੇ ਸੀਗੇ ਤੁਸੀਂ ਗਾਇਕੀ ਸ਼ੁਰੂ ਕੀਤੀ ਚਲੋ ਪਰ ਕਹਿੰਦੇ ਹੁੰਦੇ ਕੋਈ ਵੀ ਜਦੋਂ ਆਪਾਂ ਗਾਇਕੀ ਸ਼ੁਰੂ ਕਰਦੇ ਹਾਂ ਜਾਂ ਕਿਸੇ ਫੀਲਡ 'ਚ ਜਾਂਦੇ ਹਾਂ ਹਾਂਜੀ ਉਸ ਫੀਲਡ 'ਚ ਆਪਣੇ ਆਪ ਨੂੰ ਅਸਟੈਬਲਿਸ਼ ਕਰਨ ਲਈ ਜਾਂ ਆਉਣ ਲਈ ਕੁਛ ਇੱਕ ਪ੍ਰੋਬਲਮ ਆ ਰਹੀਆਂ ਉਹ ਚਾਹੇ ਘਰੇਲੂ ਪ੍ਰੋਬਲਮਾਂ ਹੋਣ ਜਾਂ ਕਮਰਸ਼ੀਅਲ ਪ੍ਰੋਬਲਮਸ ਹੋਣ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਝੇਲਣੀ ਪਈ ਘਰੇਲੂ ਮਾਮਲੇ 'ਚੋਂ ਵੀ ਜੇ ਆਪਾਂ ਕਹੀਏ ਘਰੇਲੂ ਮਾਮਲੇ ਵਿੱਚ ਮੈਨੂੰ ਕੋਈ ਟਰਬਲ ਨਹੀਂ ਆਈ ਅੱਛਾ ਜੀ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਮੇਰੇ ਫਾਦਰ ਸਾਹਿਬ ਉਹ ਹਾਈ ਸਕੂਲ ਦੇ ਹੈੱਡ ਮਾਸਟਰ ਸੀਗੇ ਕਦੇ ਕਦੇ ਮੈਂ ਜਦੋਂ ਬੋਲਣਾ ਜਾਂ ਗਾਉਣਾ ਉਹਨਾਂ ਜਦੋਂ ਤੁਰਦੇ ਫਿਰਦੇ ਸੀ ਉਹਨਾਂ ਨੂੰ ਪਤਾ ਲੱਗਣਾ ਵੀ ਕੋਈ ਲਫ਼ਜ਼ ਰੱਖ ਰਹੇ ਵੀ ਉਹਨਾਂ ਨੇ ਮੈਨੂੰ ਆ ਕੇ ਦੱਸਣਾ ਤੁਸੀਂ ਨੂੰ ਐਂ ਬੋਲ ਤੂੰ ਗਲਤ ਗਾ ਰਿਹਾ ਜਾਂ ਕਿ ਉਹਨਾਂ ਦੇ ਪ੍ਰੋਨਾਂਸ਼ੀਏਸ਼ਨ ਜਿਹੜੀ ਸੀਗੀ ਉਹ ਸੀ ਜਿਵੇਂ ਇੱਕ ਵਾਰੀ ਮੈਂ ਗਾ ਰਿਹਾ ਸੱਸੀ ਹਾਸ਼ਮ ਗਾ ਰਿਹਾ ਉਹਦੇ ਵਿੱਚ ਸੀਗਾ ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਚਿੰਗਾਰੇ ਮੈਂ ਨਾਜ਼ੁਕ ਕਹਿਤਾ ਨਾਜ਼ੁਕ ਕਹਿਣਾ ਸੀਗਾ ਨਾਜ਼ੁਕ ਕਹਿਤਾ ਉਹ ਕਹਿੰਦੇ ਉਹਨੂੰ ਇੱਕਦਮ ਰੜਕੀ ਇਹ ਗੱਲ ਕਹਿੰਦੇ ਨਹੀਂ ਬੇਟਾ ਕਹਿੰਦੇ ਤੂੰ ਨਾਜ਼ੁਕ ਕਹਿ ਜਿਹੜੀ
क्योंकि उर्दू उन्होंने पढ़ी हुई सी, उन्होंने पंजाबी बारे बहुत वधिया ज्ञान सी, जिथे जिथे चीजा दा उन्होंने कोई चीज रड़कती सीगी वह फिर मैं दस देंदे सी, दस देंदे अपने परिवार वालों पूरा सहारा मिलिया कि परिवार वालों सहयोग मिलिया। चलो बे खास करके ये दिन जिहड़ी सी ਇਹ ਸ਼ੌਕ ਮੇਰੇ ਚਾਚਾ ਜੀ ਭਾਗ ਸਿੰਘ ਭੰਮੀਪੁਰੀ ਉਹ ਇੱਕ ਜਰਨਲਿਸਟ ਸੀਗੇ, ਅਖਬਾਰਾਂ ਵਿੱਚ ਲਿਖਦੇ ਹੁੰਦੇ ਸੀ, ਅਤੇ ਇਹ ਸ਼ੌਕ ਮੇਰੇ ਫਾਦਰ ਸਾਹਿਬ, ਇਹਦੇ ਹੈਡਮਾਸਟਰ ਸੀਗੇ, ਉਹਨਾਂ ਨੂੰ ਗਾਉਣ ਦਾ ਸ਼ੌਕ ਨਹੀਂ ਸੀਗਾ, ਉਹਨਾਂ ਨੂੰ ਸ਼ੌਕ ਨਹੀਂ ਪਰ ਉਹਨਾਂ ਨੂੰ ਸੁਣਨ ਦਾ ਬਹੁਤ ਸ਼ੌਕ ਸੀਗਾ। ਅਤੇ ਉਹਨੇ ਜਿੱਥੋਂ ਗੱਲ ਥੋੜ੍ਹਾ ਉਸਨੂੰ ਕਹਿਣਾ ਵੀ ਕਿ ਮੈਨੂੰ ਇਹ ਠੀਕ ਰੱਖਦੀ ਹੈ, ਤੁਸੀਂ ਦੁਬਾਰਾ ਕਹਿ, ਇਸ ਕਰਕੇ ਦੁਬਾਰਾ ਮਿਲ ਕੇ ਫੈਮਿਲੀ ਦਾ ਮੈਨੂੰ ਪੂਰਾ ਸਹਿਯੋਗ ਮਿਲਦਾ ਸੀਗਾ। ਚਲੋ ਬੜੀ ਖੁਸ਼ੀ ਦੀ ਗੱਲ ਹੈ ਤੁਹਾਨੂੰ ਤੁਹਾਨੂੰ ਤਾਂ ਪੂਰਾ ਸਹਿਯੋਗ ਮਿਲਿਆ, ਲੇਕਿਨ ਜਦੋਂ ਤੁਸੀਂ ਕਮਰਸ਼ੀਅਲ ਫੀਲਡ 'ਚ ਗਏ, ਜਦੋਂ ਤੁਸੀਂ ਬਾਹਰ ਨਿਕਲੇ ਹੋ, ਹਾਂਜੀ, ਉਦੋਂ ਉਹ ਤੁਹਾਨੂੰ ਕੋਈ ਪ੍ਰੋਬਲਮਾਂ ਆਈਆਂ ਇਸ ਇਸ ਫੀਲਡ ਵਿੱਚ? ਕਿਉਂਕਿ ਉਸ ਜਿਸ ਸਮੇਂ ਤੁਸੀਂ ਗਾਣਾ ਸ਼ੁਰੂ ਕੀਤਾ ਉਸ ਸਮੇਂ ਬਹੁਤ ਜ਼ਿਆਦਾ ਇੰਨੇ ਮਤਲਬ ਪਾਪੂਲਰ ਨਹੀਂ ਸੀ ਇਹ ਚੀਜ਼ਾਂ, ਜਾਂ ਲੋਕ ਨਹੀਂ ਪਸੰਦ ਕਰਦੇ ਸੀ ਉਸ ਵੇਲੇ ਖਾਸ ਕਰ, ਅਤੇ ਤੁਹਾਨੂੰ ਕੋਈ ਐਸੀ ਪ੍ਰੋਬਲਮਸ ਆਈਆਂ ਉਸ ਵੇਲੇ? ਦੇਖੋ ਜੀ, ਇਹ ਅਸਲੀ ਗੱਲ ਸੀ ਉਸ ਟਾਈਮ ਦੇ ਵਿੱਚ ਨਾ, ਜਿਸ ਵਕਤ ਅਸੀਂ ਇਹ ਗਾਉਂਦੇ ਸੀਗੇ, ਇਹ ਤਾਂ ਹੁਣ ਇਹ ਪੁਆਇੰਟ ਕਮਰਸ਼ੀਅਲ ਪੁਆਇੰਟ ਤਾਂ ਇਹ ਹੋਰ ਬਣ ਗਿਆ ਵੀ ਇਸ ਨੂੰ ਰਿਕਾਰਡਿੰਗ ਤੋਂ ਹੋਰ ਤਰੀਕੇ ਨਾਲ ਪੇਸ਼ ਕਰ ਦਿੰਦੇ ਆ, ਲੇਕਿਨ ਲੋਕ ਵਿਸ਼ਵਾਸ ਹੀ ਓਰੀਜਨਲ ਤੌਰ 'ਤੇ ਕਰਦੇ ਸੀ। ਜੇਕਰ ਕੋਈ ਬੰਦਾ ਤੂੰ ਵੀ ਨਾ ਗਾ ਰਿਹਾ, ਕਿ ਲਗੋਸਿਆਂ ਨਾਲ ਗਾ ਰਿਹਾ, ਲਾਈਵ ਗਾ ਰਿਹਾ, ਉਹਦਾ ਸਵਾਦ ਹੀ ਹੋਰ ਸੀ, ਉਹਦਾ ਸਵਾਦ ਹੀ ਹੋਰ ਸੀ, ਲੋਕ ਉਸ ਨੂੰ ਜ਼ਿਆਦਾ ਕਰਦੇ, ਪਰ ਉਹ ਲੇਕਿਨ ਬਾਅਦ ਸਾਰੇ ਚੀਜ਼ਾਂ ਨੇ ਉਸ ਚੀਜ਼ ਦੀ ਖੁਸ਼ਬੂ ਨੂੰ ਖਤਮ ਕਰ ਦਿੱਤਾ, ਉਹ ਜਿਹਦੇ ਕਰਕੇ ਕਿ ਜਿਹੜੀ ਓਰੀਜਨੈਲਿਟੀ ਆ ਉਹ ਖਤਮ ਹੁੰਦੀ, ਉਹ ਖਤਮ ਹੋ ਰਹੀ ਆ ਉਹਦੇ ਵਿੱਚੋਂ, ਲੋਕ ਗੀਤਾਂ ਨੂੰ ਵਿਗਾੜ ਦਿੱਤਾ ਗਿਆ ਵਿੱਚ, ਉਹਦੇ ਵਿੱਚ ਕੁਤਰਾ ਕਰਦ ਕਰ ਦਿੱਤਾ ਗਿਆ, ਉਹਨਾਂ ਵਿੱਚ ਆਪਣੀਆਂ ਚੀਜ਼ਾਂ ਪਾ ਪਾ ਕੇ ਉਸਦੀ ਜਿਹੜੀ ਮੌਲਿਕਤਾ ਉਸ ਨੂੰ ਖਰਾਬ ਕਰ ਦਿੱਤਾ। ਅਤੇ ਮੈਂ ਇਹੀ ਚਾਹੁੰਦਾ ਵੀ ਸਾਡੇ ਗੀਤ ਜਾਂ ਲੋਕ ਗੀਤ ਜੋ ਵੀ ਹੈਗੇ ਆ, ਖੁਸ਼ਬੂ ਲੋਕਾਂ ਨੂੰ ਉਵੇਂ ਆਉਂਦੀ ਰਹੇ, ਜਿਸ ਤਰ੍ਹਾਂ ਤੋਂ ਵੀ ਅਲਗੋਜ਼ੇ, ਹਾਂਜੀ, ਜਾਂ ਕਿ ਅੱਜ ਕੱਲ੍ਹ ਤਾਂ ਇਹ ਚੀਜ਼ਾਂ ਲੁਪਤ ਹੁੰਦੀਆਂ ਜਾ ਰਹੀਆਂ ਸਾਰੀਆਂ, ਅਲਗੋਜ਼ੇ ਹੋਏ, ਤੂੰਬੀ ਹੋਈ, ਆਪਣੇ ਇਸ ਚੀਜ਼ਾਂ ਨੂੰ ਸਾਰੀਆਂ ਲੁਪਤ ਹੁੰਦੀਆਂ ਜਾ ਰਹੀਆਂ ਕਿ ਨਹੀਂ ਕੋਈ ਯੂਜ਼ ਕਰ ਰਿਹਾ, ਬਹੁਤ ਘੱਟ ਸਿੰਗਰ ਨੇ ਜਿਹੜੇ ਯੂਜ਼ ਕਰਦੇ ਨੇ ਇਸ ਚੀਜ਼ ਨੂੰ। ਅਤੇ ਪਰ ਸਰ, ਅੱਛਾ, ਇਹ ਤਾਂ ਤੁਹਾਡੀ ਹੋ ਗਈ ਆਪਣੇ ਉਸ ਵੇਲੇ ਦੀ ਗੱਲ ਜਦੋਂ ਤੁਸੀਂ ਇੰਡੀਆ ਰਹੇ, ਹਾਂਜੀ, ਫਿਰ ਤੁਸੀਂ ਬਾਹਰ ਕਿਹੜੇ ਸੰਚ ਆਏ ਔਰ ਕਿ ਕਿਉਂ ਆਏ, ਜਾਂ ਤੁਸੀਂ ਉੱਥੇ ਸਹੀ ਤੁਹਾਡਾ ਚੱਲ ਰਿਹਾ, ਸਹੀ ਚੱਲ ਰਿਹਾ ਸੀਗਾ, ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਮੈਂ ਬਾਹਰ ਜਾਵਾਂ ਜਾਂ ਆਪਣਾ ਜੀਵਨ ਸ਼ੁਰੂ ਕਰਾਂ ਇੱਥੇ ਆ ਕੇ? ਹਾਂਜੀ, ਇਸ ਤਰ੍ਹਾਂ ਸੀ ਜੀ, ਮੈਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਹਾਂਜੀ, ਮੈਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਫਿਰ ਮੈਂ ਜਰਮਨ ਆ ਗਿਆ। ਹਾਂਜੀ, ਜਰਮਨ ਦੇ ਵਿੱਚ 1979 ਦੇ ਵਿੱਚ ਫਿਰ ਮੈਂ ਜਰਮਨੀ ਨੂਰਨਬਰਗ ਆਇਆ। ਅੱਛਾ ਜੀ, ਨੂਰਨਬਰਗ ਦੇ ਵਿੱਚ ਵੀ ਮੇਰੇ ਯਾਰ ਸੱਜਣ ਸੀਗੇ, ਮਿੱਤਰ ਸੀਗੇ ਸਾਡੇ ਉਸ ਵਕਤ ਇੱਥੇ ਜਰਮਨ ਦੇ ਵਿੱਚ। ਇਸ ਤਰ੍ਹਾਂ ਸੀਗਾ ਕਿ ਕੋਈ ਲੋਕ ਸਾਨੂੰ ਜਿਹਨੂੰ ਕਹਿੰਦੇ ਆਪਾਂ ਲੱਭਣੇ ਬਹੁਤ ਔਖੇ ਸੀਗੇ, ਇੰਨੇ ਬਹੁਤ ਜਿਵੇਂ ਸਰਦਾਰ ਜਾਂ ਪੱਗਾਂ ਵਾਲੇ ਮਿਲਦੇ ਹੀ ਨਹੀਂ ਸੀਗੇ, ਲੱਭਦੇ ਹੀ ਨਹੀਂ ਸੀਗੇ। ਅਤੇ ਫਿਰ ਵੀ ਲੋਕਾਂ ਅੰਦਰ ਚਿਣਕ ਸੀ ਗਾਇਕੀ ਦੀ, ਜਿਹੜੇ ਲੋਕ ਰਹਿੰਦੇ ਦੱਬੇ ਹੋਏ ਸੀਗੇ, ਪਰ ਉਹਨਾਂ ਅੰਦਰ ਸੱਭਿਆਚਾਰ ਠਾਠਾ ਮਾਰਦਾ ਸੀਗਾ। ਅਤੇ ਮੇਰੇ ਵਿੱਚ ਇਹੀ ਤੋਂ ਵੀ ਜਿਹੜੀ ਕਿ ਮੈਂ ਇੱਥੇ ਲੈ ਕੇ ਆਇਆ, ਹਾਂਜੀ, ਜਰਮਨ 'ਚ ਲੈ ਕੇ ਆਇਆ। ਅੱਛਾ ਜੀ, ਇਹ ਤੁਸੀਂ ਇੰਡੀਆ ਤੋਂ ਹੀ ਲੈ ਕੇ ਆਏ ਸੀ? ਇੰਡੀਆ ਤੋਂ ਮੈਂ ਆਪਦੇ ਬੈਗ ਦੇ ਵਿੱਚ ਨਾਲ ਲੈ ਆਇਆ। ਉਹਨਾਂ ਨੂੰ ਫਿਰ ਪਤਾ ਲੱਗਿਆ ਵੀ ਮੈਨੂੰ ਇਹ ਸ਼ੌਕ ਹੈਗਾ। ਅਤੇ ਜਿਸ ਵਕਤ ਮੈਂ ਇੱਥੇ ਗਾਉਣਾ, ਹਾਂਜੀ, ਕਈ ਵਾਰੀ ਤਾਂ ਉਹ ਲੋਕਾਂ ਨੇ ਕੰਪਲੇਂਟ ਵੀ ਕਰਦੇ ਨੇ ਵੀ ਸ਼ੌਕ ਮੈਨੂੰ ਬਹੁਤ ਹੁੰਦਾ ਸੀ, ਕੰਪਲੇਂਟ ਕੰਪਲੇਂਟਸ ਵੀ ਹੋ ਗਈਆਂ ਫੋਨਿੰਗ ਦੇ ਵਿੱਚ ਵੀ ਇਹ ਜਿਹੜੀ ਡਿਸਟਰਬ ਕਰ ਰਿਹਾ, ਪਰ ਉਹਨਾਂ ਜਿਹੜੇ ਥੋੜਾ ਕਲਚਰ ਵਾਲੇ ਨੂੰ ਅੰਡਰਸਟੈਂਡ ਕਰਦੇ, ਉਹਨਾਂ ਨੂੰ ਮੈਨੂੰ ਇੱਕ ਵੱਖਰਾ ਰੋਲ ਦੇ ਤਾ। ਉਹਨਾਂ ਨੇ ਦੱਸਿਆ ਵੀ ਮੈਂ ਇੱਕ ਲੋਕ ਗਾਇਕ ਹਾਂ, ਮੈਂ ਇੱਥੇ ਗਾਉਣਾ ਚਾਹੁੰਦਾ ਗਾ, ਅਤੇ ਮੈਂ ਉੱਥੇ ਆਪਣਾ ਥੋੜ੍ਹਾ ਜਿਹਾ ਆਪਣੀ ਆਵਾਜ਼ ਮਾਰਕਾ ਦੀ ਪੜਾਸ ਕੱਢ ਲਿਆ ਕਰਨੀ। ਅੱਛਾ, ਫਿਰ ਉਹਦਾ ਇਸ ਤਰੀਕੇ ਨਾਲ ਮੇਰਾ ਦੋਸਤ ਸੀ ਸਚੈਨ ਬਰਾੜ, ਉਹਨੇ ਮੈਨੂੰ ਨੋਏ ਵਾਰ ਕਿਤੇ ਸੱਦਣਾ, ਯਾਰ ਆ ਤੂੰ ਕੁਛ ਗੀਤ ਗਾ, ਅਸੀਂ ਲਾਈਕ ਕਰਦਾ, ਇਸ ਕਰਕੇ ਫਿਰ ਮੈਨੂੰ ਉਹਨਾਂ ਦਾ ਐਟਮੋਸਫੀਅਰ ਮਿਲ ਗਿਆ। ਅੱਛਾ, ਮੈਂ ਫਿਰ ਇੱਥੇ ਨੋਏ ਵਰਕ ਦੇ ਵਿੱਚ ਉਹਨਾਂ ਕੋਲ ਆਉਣਾ, ਅਤੇ ਫਿਰ ਮੈਂ ਉਹਨਾਂ ਨੂੰ ਗੀਤ ਗਾਉਣਾ ਸੁਣਾਉਣਾ, ਅਤੇ ਸਾਡਾ ਇੱਕ ਬਹੁਤ ਵਧੀਆ ਐਟਮੋਸਫੀਅਰ ਬਣ ਗਿਆ। ਅੱਛਾ ਜੀ, ਫਿਰ ਜਿੰਦੀ ਇਹ ਹੁਣ ਗੱਲ ਇਸ ਤਰ੍ਹਾਂ ਆਉਂਦੀ ਹੈ ਵੀ ਮੈਂ ਫਿਰ ਬਾਹਰ ਕਿਸ ਤਰ੍ਹਾਂ ਗਿਆ, ਫਿਰ ਮੈਂ ਇੰਡੀਆ ਚਲਿਆ ਗਿਆ। ਅੱਛਾ, ਦੁਬਾਰਾ ਇੰਡੀਆ ਚਲਿਆ? ਇੰਡੀਆ ਚਲਿਆ ਗਿਆ, ਫਿਰ ਮੈਂ 12 ਸਾਲ ਇੰਡੀਆ ਰਿਹਾ। ਫਿਰ ਸਚੈਨ ਬਰਾੜ ਨੇ ਮੈਨੂੰ ਦੁਬਾਰਾ ਆਪਣੇ ਫਿਨਲੈਂਡ ਸੱਦਿਆ ਵੀ ਯਾਰ ਮੇਰੇ ਤਾਂ ਉਹ ਦੋਸਤ ਸੀਗਾ ਵੀ ਮੈਂ
ਉਹਨੂੰ ਮਿਸ ਕੀਤਾ ਵੀ ਮੇਰੇ ਕੋਲ ਆ ਗਏ ਮੈਨੂੰ ਗਾਇਕੀ ਦੇ ਤੌਰ ਤੇ ਉੱਪਰ ਹੀ ਉਹਨੇ ਉੱਥੇ ਰੈਸਟੋਰੈਂਟ ਖੁੱਲ੍ਹੇ ਵੀ ਯਾਰ ਤੂੰ ਥੋੜ੍ਹੀ ਪਰਫੋਰਮੈਂਸ ਦਿਆ ਕਰ ਆਇਆ ਕਰ ਅਤੇ ਫਿਰ ਮੈਨੂੰ ਇਹ ਇਸ ਤਰੀਕੇ ਦੇ ਨਾਲ ਮੈਂ ਜੰਗਵਾਲ ਜੀ ਸਾਨੂੰ ਦੱਸੋ ਤੁਸੀਂ ਗਾਇਕੀ ਦੀ ਕਿਸੇ ਕੋਲ ਸ਼ਿਕਸ਼ਾ ਵੀ ਲਈ ਹੈ ਕਿਉਂਕਿ ਕੋਈ ਵੀ ਚੀਜ਼ ਹੋਵੇ ਆਪਾਂ ਨੂੰ ਸਿੱਖਣੀ ਪੈਂਦੀ ਹੈ ਹਾਂਜੀ ਹਾਂ ਹਾਂ ਤੁਹਾਡਾ ਕੋਈ ਗੁਰੂ ਰਿਹਾ ਹੋਵੇ ਜਿਹਨੂੰ ਤੁਸੀਂ ਤਾਰਿਆ ਹੋਵੇ ਜਾਂ ਸ਼ਿਕਸ਼ਾ ਜਿਹਨਾਂ ਕੋਲ ਲਈ ਹੋਵੇ ਇਸ ਲੋਕ ਗੀਤਾਂ ਦੀ ਜਾਂ ਗਾਇਕੀ ਦੀ ਹਾਂਜੀ ਹਾਂ ਹਾਂ ਦੇਖੋ ਇਸ ਤਰੀਕੇ ਨਾਲ ਸੀ ਮੈਂ ਕਈ ਵਾਰੀ ਨਾ ਇੰਨਾ ਸ਼ੌਕ ਸੀ ਜਮਲਾ ਜੱਟ ਜੀ ਕੋਲੇ ਉਹਨਾਂ ਕੋਲ ਹਾਂਜੀ ਹਾਂ ਅਤੇ ਮੈਂ ਉਹਨਾਂ ਕੋਲ ਵੀ ਸ਼ਾਗਿਰਦੀ ਕੀਤੀ ਹਾਂਜੀ ਅਤੇ ਬਾਲ ਸਭਾ ਦੇ ਵਿੱਚ ਵੀ ਜਦੋਂ ਮੈਂ ਗਾਉਣਾ ਗਾ ਕਈ ਵਾਰ ਮੈਂ ਆਪਣੇ ਤੋਂ ਵੀ ਨਾ ਗੁੱਝੇ ਲੁਕ ਜਾਇਆ ਕਰਨੀ ਅੱਛਾ ਵੀ ਯਾਰ ਅੱਜ ਬਾਲ ਸਭਾ ਮੈਂ ਗਾਉਣਾ ਗਾ ਲੇਕਿਨ ਇਹ ਫਿਰ ਸਟੈਪ ਬਾਈ ਸਟੈਪ ਬਾਕੀ ਫਿਰ ਮੈਂ ਪ੍ਰੈਕਟਿਸ ਜਿਹੜੀ ਸੀਗੀ ਰਿਆਜ਼ ਸ਼ੁਰੂ ਕਰ ਦਿੱਤਾ ਅਤੇ ਨੈਚੁਰਲ ਜਿਹੜੀ ਮੇਰੀ ਗਾਇਕੀ ਸੀ ਉਹ ਤੂੰ ਵੀ ਤੁਸੀਂ ਬਹੁਤ ਜ਼ਿਆਦਾ ਸੀ ਤੇ ਆਵਾਜ਼ ਨੂੰ ਜਿਸ ਵਕਤ ਉਹ ਘੁਮਾਉਂਦੇ ਸੀ ਤੇ ਮੇਰਾ ਖਿਆਲ ਵੀ ਗਲ ਦੇ ਮੁਰਕੀਆਂ ਬਹੁਤ ਘੁੰਮਦੀਆਂ ਸੀ ਸ਼ਾਗਿਰਦ ਰਹੇ ਹੋ ਜਿਸ ਤਰ੍ਹਾਂ ਹੁਣ ਉਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਇੱਕ ਕੋਈ ਲੋਕ ਗੀਤ ਕੋਈ ਲੋਕ ਤੱਤ ਜਾਂ ਇਸ ਤਰ੍ਹਾਂ ਮੈਂ ਤੁਹਾਨੂੰ ਉਸ ਤੋਂ ਬਾਅਦ ਉਹ ਗਾਇਕੀ ਨੂੰ ਮੈਂ ਚੇਂਜ ਕੀਤਾ ਜਿਵੇਂ ਮੈਂ ਹੀਰ ਦੀ ਡੋਲੀ ਇਹ ਮੇਰੇ ਕਾਫੀ ਪਾਪੂਲਰ ਹੋਇਆ ਉਹਦੇ ਤੁਹਾਨੂੰ ਹੀਰ ਦੀ ਡੋਲੀ ਦੇ ਆਧਾਰ ਤੇ ਸੁਣਾ ਦਿੰਦੇ ਹਾਂ ਹੀਰੇ ਖੇੜਿਆਂ ਦੇ ਵਸ ਪੈ ਗਈ ਮੇਰਾ ਕੱਢ ਕੇ ਤਾਲ ਜਾ ਲੈ ਗਈ ਡੋਲੀ ਦੇ ਵਿੱਚ ਚੜ ਕੇ ਬਹਿ ਗਈ ਡੋਲੀ ਦੇ ਵਿੱਚ ਚੜ ਕੇ ਬਹਿ ਗਈ ਮੂੰਹੋਂ ਕੁਝ ਨਾ ਬੋਲੀ ਨੀ ਕੱਖੋਂ ਹੌਲਾ ਕਰਕੇ ਯਾਰ ਨੂੰ ਚੜ ਗਈ ਡੋਲੀ ਨੀ ਕੱਖੋਂ ਹੌਲਾ ਕਰਕੇ ਯਾਰ ਨੂੰ ਚੜ ਗਈ ਡੋਲੀ ਨੀ ਤੈਨੂੰ ਵਿਦਿਆ ਕਰਦੀਆਂ ਕੁੜੀਆਂ ਮੇਰੇ ਵੱਜਣ ਕਾਲਜੇ ਛੁਰੀਆਂ ਆਸਾਂ ਮੇਰੀਆਂ ਪਲ ਵਿੱਚ ਖੁਰੀਆਂ ਆਸਾਂ ਮੇਰੀਆਂ ਪਲ ਵਿੱਚ ਖੁਰੀਆਂ ਖੇਡੀ ਅੱਖ ਮਚੋਲੀ ਨੀ ਕੱਖੋਂ ਹੌਲਾ ਕਰਕੇ ਯਾਰ ਨੂੰ ਚੜ ਗਈ ਡੋਲੀ ਨੀ ਕੱਖੋਂ ਹੌਲਾ ਕਰਕੇ ਯਾਰ ਨੂੰ ਚੜ ਗਈ ਡੋਲੀ ਨੀ ਫਕਰਾਂ ਦੇ ਨਾਲ ਤਗਾ ਘੁਮਾਇਆ ਝੂਠੇ ਲਾਰਿਆਂ ਨਾਲ ਬੁਲਾਇਆ ਸਾਥੋਂ ਦਿਲ ਦਾ ਭੇਦ ਲੁਕਾਇਆ ਕੁੰਡੀ ਦਿਲ ਦੀ ਖੋਲੀ ਨੀ ਕੱਖੋਂ ਹੌਲਾ ਕਰਕੇ ਯਾਰ ਨੂੰ ਚੜ ਗਈ ਡੋਲੀ ਨੀ ਹੀਰੇ ਖੇੜਿਆਂ ਦੇ ਵਸ ਪੈ ਗਈ ਮੇਰਾ ਕੱਢ ਕੇ ਕਾਲ ਜਾ ਲੈ ਗਈ ਡੋਲੀ ਦੇ ਵਿੱਚ ਚੜ ਕੇ ਬਹਿ ਗਈ ਮੂੰਹੋਂ ਕੁਝ ਨਾ ਬੋਲੀ ਨੀ ਕੱਖੋਂ ਹੌਲਾ ਕਰਕੇ ਯਾਰ ਨੂੰ ਚੜ ਗਈ ਡੋਲੀ ਨੀ ਹੱਥੀ ਬਣ ਸ਼ਗਨਾ ਦੇ ਗਾਨੇ ਹੁਣ ਤੂੰ ਸਮਝੇ ਯਾਰ ਬੇਗਾਨੇ ਮੈਨੂੰ ਲੋਕ
मार दे तन मेरी जिंदड़ी रोली नी कखों हौला करके यार नू चढ़गी डोली नी हाय कखों हौला करके यार नू चढ़गी डोली नी लागे तेरिया सखिया खड़िया साडे नैना लाइयो चढ़िया लागे तेरिया सखिया खड़िया साडे नैना लाइया चढ़िया तेनू खुशियां ब्याह दियां चढ़िया अज तू हुई बेहाली नी कखो हौला करके यार नू चढ़गी डोली नी आए कखो हौला करके यार नू चढ़गी डोली नी हीरे खेड़िया दे वस पै गई बैठा चक वाला कुरलावे दिल दा हाल सुनावे मेरी जान निकल दी जावे मेरी जान निकल दी जावे एक ही जहर तू घोली नी कखों हौला करके यार नू चढ़गी डोली नी हीरे खेड़िया दे वस पैगी मेरा कट के काल जा लैगी डोली दे विच चढ़के बैगी मुहों कुछ ना बोली नी कखों हौला करके यार नू चढ़गी डोली नी हाय कखों हौला करके यार नू चढ़गी डोली क्या बात है जबरदस्त जी बहुत बढ़िया बाकी थोड़ी आवाज च वो कशिश हैगी है जिहड़ी कि एक हीर जी सानू सुनाई है असी तुहानू ये पुछना चाहते हैं कि तुसी जदों बाहरले मुड़के दौरा तुसी दस्या कि फिर थोड़े थोड़े दोस्त थानू इत्थे सद्या बाहर फिनलैंड धरती ते थानू उन्हें कहा भी तू साडे रेस्टोरेंट चला के थोड़ा जिहा गायक कर ना तुसी अपनी गायकी नू तुसी थोड़े हुण उत्थे पेशा आया सिर्फ गायकी दा ही है या तुसी होर वी नाल कोई काम करदे हो अपने जीवन दे सामने देखो जी मैं जिहड़ी गायकी सी उस तों बाद जाके फिर ਮੈਨੂੰ ਉੱਥੋਂ ਦੀ ਯੂਨੀਵਰਸਿਟੀ ਸੀ ਉਹਦੇ ਵਿੱਚ ਮੈਨੂੰ ਐਡਮਿਸ਼ਨ ਮਿਲ ਗਈ ਫਿਨਲੈਂਡ ਫਿਨਲੈਂਡ ਦੇ ਵਿੱਚ ਅੱਛਾ ਮੈਂ ਉਹਦੇ ਵਿੱਚ ਵੀ ਐਜ ਏ ਤੌਰ 'ਤੇ ਕੁਛ ਉੱਥੋਂ ਦਾ ਮਿਊਜ਼ਿਕ ਉਹਨਾਂ ਦਾ ਵੀ ਸਿੱਖਿਆ ਅੱਛਾ ਕੁਛ ਆਪਣਾ ਵੀ ਉਹਨਾਂ ਨੂੰ ਮਿਊਜ਼ਿਕ ਦੱਸਿਆ ਅਤੇ ਤੁਸੀਂ ਹੁਣ ਉਹਨਾਂ ਦਾ ਮਿਊਜ਼ਿਕ ਵੀ ਗਾ ਲੈਂਦੇ ਹਾਂਜੀ ਹਾਂ ਅਤੇ ਫਿਰ ਮੇਰਾ ਜਿਹੜਾ ਸੀਗਾ ਰੁਝਾਨ 1995 ਤੋਂ ਬਾਅਦ ਫਿਰ ਮੈਂ ਬਿਜ਼ਨਸ ਵੱਲ ਨੂੰ ਹੋ ਗਿਆ ਅੱਛਾ ਚਲੋ ਆਪਾਂ ਇਸ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਤੁਸੀਂ ਦੱਸਿਆ ਵੀ ਤੁਸੀਂ ਉਹਨਾਂ ਦਾ ਮਿਊਜ਼ਿਕ ਵੀ ਸਿੱਖਿਆ ਹਾਂਜੀ ਉਸ ਮਿਊਜ਼ਿਕ 'ਚ ਔਰ ਆਪਣੇ ਮਿਊਜ਼ਿਕ 'ਚ ਕੀ ਹਾਂਜੀ ਦੇਖੋ ਜਿਹੜਾ ਦੇਖੋ ਪਹਿਲਾਂ ਤਾਂ ਇਹ ਵੀ ਜਿਹੜੀ ਸੰਗੀਤ ਦੀ ਪਰਿਭਾਸ਼ਾ ਹਾਂਜੀ ਉਹਦਾ ਕੋਈ ਦਾਇਰਾ ਨਹੀਂ ਹੈ ਉਹਦਾ ਕੋਈ ਦਾਇਰਾ ਨਹੀਂ ਹਾਂਜੀ ਸੰਗੀਤ ਤਾਂ ਸੰਗੀਤ ਦਾ ਪਰ ਲੇਕਿਨ ਜਿਵੇਂ ਫਿਨਲੈਂਡ ਦਾ ਕੰਟਲੀ ਮਿਊਜ਼ਿਕ ਆ ਅੱਛਾ ਜੀ ਜਿਵੇਂ ਅਸੀਂ ਕਹਿੰਦੇ ਬਾਬਾ ਆਦਮ ਹਾਂਜੀ ਉਹ ਘੋੜਿਆਂ ਦੀ ਟੇਲ ਘੋੜਿਆਂ ਦੇ ਹੌਰਸ ਦੀ ਜਿੰਦਗੀ ਦੇ ਵਿੱਚ ਜਿਹੜੇ ਬੰਦੇ ਨੇ ਉਹ ਕਾਢ ਕੱਢੀ ਸੀ ਉਹ ਕੰਟਰੀ ਮਿਊਜ਼ਿਕ ਉਹਨਾਂ ਦਾ ਇਸ ਤਰ੍ਹਾਂ ਦਾ ਸੀਗਾ ਅੱਛਾ ਜੀ ਵੀ ਜਿਹੜਾ ਕਿ ਬੜਾ ਫੋਕ ਉਹਨਾਂ ਦਾ ਸਾਜ਼ ਹੈ ਸਾਨੂੰ ਸੁਣਾ ਸਕਦੇ ਕੁਛ ਉਹਦੀਆਂ ਬੋ ਪਰ ਮੈਨੂੰ ਉਹ ਯਾਦ ਨਹੀਂ ਸਿਰਫ ਉਹਨੂੰ ਸਿੱਖਿਆ ਸੀ ਵਜਾਉਣਾ ਹੀ ਸਿੱਖਿਆ ਸੀ ਅੱਛਾ ਅੱਛਾ ਉਹਦਾ ਨਾਂ ਹੀ ਕੰਟਲੇ ਮਿਊਜ਼ਿਕ ਸੀਗਾ ਅੱਛਾ ਜੀ ਕੰਟਲੇ ਸਾਜ਼ ਹਾਂਜੀ ਫਿਰ ਨਾਲ ਨਾਲ ਮੈਂ ਆਪਣੀ ਵੀ ਗਾਇਕੀ ਜਿਹੜੇ ਸੀ ਆਪਣੇ ਲੋਕ ਸਾਜ਼ ਸੀਗੇ ਉਹਨਾਂ ਨੂੰ ਇੰਟਰੋਡਿਊਸ ਕਰਾਇਆ ਅੱਛਾ ਇਹ ਤਕਰੀਬਨ ਮੈਂ ਸਾਲ ਇੱਕ ਸਾਲ ਇਸ ਤਰੀਕੇ ਦੇ ਨਾਲ ਓਕੇ ਉੱਥੇ ਮੈਂ ਸਟਡੀ ਕੀਤੀ ਉਹ ਮੈਂ ਉਹੀ ਪੁੱਛਣਾ ਚਾਹੁੰਦਾ ਕਿ ਜਿਹੜੇ ਉਹਨਾਂ ਦੇ ਗੀਤ ਆ ਉਹਨਾਂ ਦਾ ਜੋ ਸੰਗੀਤ ਹੈਗਾ ਆ ਹਾਂਜੀ ਉਹ ਉਸ ਸੰਗੀਤ ਔਰ ਆਪਣੇ ਸੰਗੀਤ 'ਚ ਕੀ ਫਰਕ ਸੀਗਾ ਬਹੁਤ ਫਰਕ ਹੈ ਅੱਛਾ ਬਹੁਤ ਹੀ ਬਹੁਤ ਫਰਕ ਆ ਸੰਗੀਤ ਦਾ ਜੇ ਦੇਖੋ ਮਿਊਜ਼ਿਕ ਦੀ ਲਾਈਨ ਤਾਂ ਇੱਕੋ ਮਿਊਜ਼ਿਕ ਤਾਂ ਇੱਕੋ ਹੀ ਹੈ ਮਿਊਜ਼ਿਕ ਇੱਕ ਆ ਪਰ ਲੇਕਿਨ ਉਹਨਾਂ ਦੇ ਜਿਹੜੇ ਸੱਭਿਆਚਾਰ ਕਲਚਰ ਆ ਹਾਂਜੀ ਉਹ ਬਹੁਤ ਡਿਫਰੈਂਟ ਤੁਸੀਂ ਤੁਹਾਨੂੰ ਕੋਈ ਸੁਣਨ ਦਾ ਗੀਤ ਆਦਾ ਉਸ ਲੈਂਗੁਏਜ ਜਾਂ ਕੁਛ ਚੰਦ ਲਾਈਨਾਂ ਉਹਦੀਆਂ ਕੁਛ ਕਾਫੀ ਦੇਰ ਤੋਂ ਭੁੱਲ ਗਿਆ ਜੀ ਹੁਣ ਅੱਛਾ ਚਲੋ ਇਹ ਤਾਂ ਕਿਉਂਕਿ ਵਕਤ ਦੇ ਨਾਲ ਬੰਦਾ ਵਕਤ ਦੇ ਨਾਲ ਹਾਂਜੀ ਬੰਦਾ ਯੂਜ਼ ਟੂ ਨਾ ਹੋਵੇ ਤਾਂ ਯੂਜ਼ ਟੂ ਹੋਇਆ ਹਾਂਜੀ ਅੱਛਾ ਤੁਸੀਂ ਫਿਰ ਦੱਸ ਰਹੇ ਸੀ ਕਿ ਉਸ ਤੋਂ ਬਾਅਦ ਤੁਸੀਂ ਤੁਹਾਡਾ ਰੁਝਾਨ ਪਿਆ ਬਿਜ਼ਨਸ ਵੱਲ ਹਾਂਜੀ ਜਦੋਂ ਤੁਹਾਡਾ ਰੁਝਾਨ ਬਿਜ਼ਨਸ ਵੱਲ ਪਿਆ ਤੁਸੀਂ ਫਿਰ ਗਾਇਕੀ ਛੱਡਤੀ ਜਾਂ ਉਹ ਉਸ ਤਰ੍ਹਾਂ ਹੀ ਰਿਆਜ਼ ਦੇ ਵਿੱਚ ਦੇਖਿਆ
देखो जी गायकी तो कभी छड्डी नहीं जा सकती, ये छड्डण वाली चीज नहीं है, क्योंकि मुश्किल जरूर आ जेकर इन्ना ही उन्हां दायरों के रह के उस दे अपने आप नूं ही तो अपनी पहचान ही खत्म कर ली, फिर सारे काम खत्म हो गया। इस करके मैनू इन्ना इन्ना चीज से मैं आपका रियाज करना, जेकर नहीं भी मैं अपना स्पोर्ट्स भजना रचना भी तो संगीत भी मैं बरकरार रखा नाल नाल, भी मैं कह भी परमात्मा मैनू आवाज दे कि देन होवे मैं इसनूं इत्थी इस चक्करां दे विच अपने आप नूं दब लवां, भी मैनूं उह चंगा लगा। मैं कदे जाके मैं अपना एक म्यूजिक रूम घर दे विच बणाया, उत्थे जाके मैं प्रैक्टिस करनी, क्योंकि साढ़े फिनलैंड दे विच तां इक तां लोक बहुत घट ने, ते एक जिहड़ा लोकां दा रुझान आ उह लोक सारे ही अपने अपने काम च इन्ने बिजी है कि उत्थे जिहड़ा साडा सभ्याचार आ उह कोई बड़ा प्रफुल्लित नहीं हो रहा। भारतीय घट आ, जेकर जिथे ज्यादा भारतीय आ उत्थे ज्यादा सपोर्ट मिलनी है। फिर मैनूं ज्यादा चिणग ही उठी भी मैं यार क्यों ना आके जर्मन च वी दुबारा जा। जर्मन फिर मैं ये खुशी हुई भी जिथे कि उस थां के उपर कोई भी बोलबाला नहीं सी, अज उत्ते एक एडा बड़ा वधिया चैनल आ गया मीडिया पंजाब, जिहड़े मीडिया पंजाब ने हर पासे इस वक्त पूरे जोरां ते आ तसल्ली मचा दित्ती। ते फिर मैनू ये नहीं फर्क पिया, मैं कहा भी हुण ये वतन दूर नहीं है, भी मैं मीडिया पंजाब कोल जावां। एक बार मीडिया पंजाब ने मैनू कदों लभ भी लिया ते मैनू कहदे भी असीं तेरा गीत सुनना, ते मैनू उन्हां ने रेडियो दे उपर ही एक गीत मैनू तो फिर तो गवाया। ते फिर मैनू थोड़ा जिहा मैं जदों हुण कवि दरबार देखिया हुण तां मैं आके मैनू इन्ना वधिया लग्गिया कि मेरा उठण ना जी करे उत्थों, बल्कि 10-11 घंटे से बैठे रहे। क्योंकि देखो साढ़े जिहड़ा साडा टीवी है मीडिया पंजाब, साडा मेन मोटो यह है कि असीं अपने पंजाबी सभ्याचार नूं पंजाबी मां बोली नूं अगे ले जाइए, है ना। असीं सच दी आवाज़ बन के चल रहे हैं इस टीवी दे उपर, कोई ऐसा नहीं हैगा। ते असीं यही कोशिश करी दी है कि जिहड़े अपना सभ्याचार है अपनी मां बोली है अपनी पंजाबीयत है इहनूं जिंदा रखिए इहदे जरिए जिन्नी असीं कोशिश कर सकदे हां। ते इस करके असीं ਤੁਸੀਂ ਆਪਣੇ ਬਾਰੇ ਹੋਰ ਸਾਨੂੰ ਦੱਸੋ ਸਾਡੇ ਦਰਸ਼ਕਾਂ ਨੂੰ, ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਬਾਹਰਲੀ ਜ਼ਿੰਦਗੀ ਔਰ ਇੰਡੀਆ ਦੀ ਜ਼ਿੰਦਗੀ 'ਚ ਕੀ ਡਿਫਰੈਂਸ ਹੈਗਾ ਇੱਥੇ ਆ ਕੇ? ਵੀ ਦੇਖੋ ਜਿਹੜੀ ਇੰਡੀਆ ਦੀ ਜ਼ਿੰਦਗੀ ਹੈ, ਦੇਖੋ ਵਤਨ ਤਾਂ ਆਪਦਾ ਵਤਨ ਹੀ ਹੁੰਦਾ ਨਾ, ਉਹ ਤਾਂ ਹੈ ਜੀ। ਠੀਕ ਹੈ, ਕਈ ਵਾਰੀ ਉੱਥੇ ਧੁੱਪ ਗਰਦ ਸੇਕ ਕੇ ਵੀ ਕੁਛ ਮਿਲਦਾ ਫਿਰ ਵੀ ਸਾਨੂੰ ਖੁਸ਼ਬੂ ਮਿਲਦੀ ਹੈ। ਜਿਸ ਤਰੀਕੇ ਨਾਲ ਕਿ ਇੱਕ ਕਬੂਤਰ ਹੁੰਦਾ ਨਾ, ਉਹਦੇ ਵਿੱਚ ਤੁਸੀਂ ਉਹਨੂੰ 100 ਗਿਆ ਬਦਾਮ ਰੱਖ ਦਿਓ ਵੀ ਤੂੰ ਆਹ ਖਾ ਲਾ ਅਤੇ ਆਹ ਖਾ ਲਾ, ਪਰ ਬੋਲੀ ਨਾ। ਇੱਕ ਗੁਟਕੂ ਕਬੂਤਰ ਇਹੋ ਜਿਹਾ ਵੀ ਹੁੰਦਾ ਜਿਹੜਾ ਕਿੰਕਰਾ ਚੁਣ ਕੇ ਵੀ ਗੁਟਕੂ ਕਰਦਾ। ਹਾਂਜੀ, ਸਾਨੂੰ ਗੁਟਕੂ ਕਰਨ ਦੀ ਬਹੁਤ ਜ਼ਰੂਰਤ ਆ। ਜਿੱਥੇ ਆਵਾਜ਼ ਹੀ ਦੱਬੀ ਗਈ ਉਸ ਜ਼ਮੀਰ ਖਤਮ ਹੋ ਗਿਆ, ਉਸ ਦੇਸ਼ ਨੂੰ ਵੀ ਕੀ ਕਰਨਾ, ਉਸ ਜ਼ਮੀਰ ਨੂੰ ਕੀ ਕਰਨਾ। ਇਸ ਕਰਕੇ ਵਤਨ ਆਪਦਾ ਹੀ ਹੈ, ਵਤਨ ਦੀ ਧਰਤੀ 'ਤੇ ਨਾਲ ਹਮੇਸ਼ਾ ਸਾਨੂੰ ਹਮੇਸ਼ਾ ਸਲੂਟ ਹੈ ਉਸ ਧਰਤੀ ਨੂੰ। ਠੀਕ ਹੈ, ਭਾਵੇਂ ਸਮੇਂ ਮੁਤਾਬਕ ਉਹ ਪੰਜਾਬ ਨਹੀਂ ਰਿਹਾ ਜਿਹੜਾ ਕਿ ਪੰਜਾਬ ਅੱਜ ਤੋਂ 30-35 ਸਾਲ ਪਹਿਲਾਂ ਸੀ ਪੰਜਾਬ, ਲੇਕਿਨ ਹੁਣ ਪੰਜਾਬ ਨੂੰ ਖਰਾਬ ਹੋ ਗਿਆ, ਨਜ਼ਰ ਲੱਗ ਗਈ ਪੰਜਾਬ ਨੂੰ। ਪਰ ਫਿਰ ਵੀ ਉਹਨਾਂ ਘਰਾਂ ਦੇ ਵਿੱਚ ਜਾ ਕੇ ਜਿਹਨਾਂ ਘਰਾਂ 'ਚੋਂ ਅਸੀਂ ਚੱਲੇ ਹਾਂ ਉਹਨਾਂ ਨਾਲ ਫਿਰ ਵੀ ਸਾਨੂੰ ਬਹੁਤ ਪਿਆਰ ਆ। ਸਾਨੂੰ ਕੋਈ ਬਾਹਲੇ ਪੱਥਰਾਂ ਦੇ ਸ਼ਹਿਰਾਂ ਨਾਲ ਪਿਆਰ ਨਹੀਂ, ਸਾਨੂੰ ਉਹੀ ਬਾਣ ਦੇ ਮੰਜੇ ਅਤੇ ਉਹੀ ਸਾਨੂੰ ਚੀਜ਼ਾਂ ਦੇ ਨਾਲ ਪਿਆਰ ਆ ਜਿਹੜੇ ਦੇ ਥਾਂ ਤੋਂ ਅਸੀਂ ਚੱਲੇ ਹਾਂ। ਮੈਨੂੰ ਇਸ ਗੱਲ 'ਤੇ ਇੱਕ ਸ਼ੇਅਰ ਯਾਦ ਆ ਗਿਆ, ਕਹਿੰਦੇ ਮਿੱਟੀ ਵਤਨ ਦੀ ਨਹੀਂ ਮਾੜੀ ਕਾਤੋਂ ਛੱਡ ਪਰਦੇਸਾਂ ਵਿੱਚ ਜਾਈ ਜਾਂਦੇ, ਮਿੱਟੀ ਵਤਨ ਦੀ ਨਹੀਂ ਮਾੜੀ ਕਾਤੋਂ ਛੱਡ ਪਰਦੇਸਾਂ ਵਿੱਚ ਜਾਈ ਜਾਂਦੇ, ਕੁਛ ਜੇਲ੍ਹਾਂ ਵਿੱਚ ਧੱਕੀ ਖਾਈ ਜਾਂਦੇ ਅਤੇ ਕੁਛ ਸਮੁੰਦਰਾਂ ਵਿੱਚ ਡੁੱਬੀ ਜਾਈ ਜਾਂਦੇ।
दुध मक्खन नहीं मिलते इत्थे, दुध मक्खन नहीं मिलते इत्थे, ना ही मिलती लस्सी गाड़ी, ओका तो छड़ के तो जांदे हो परदेस, मिट्टी वतन दी नहीं माड़ी, मिट्टी वतन दी नहीं माड़ी। सो जिहड़ी साडी मिट्टी है, चाहे जो भी है, असीं बाहर आ गए जो भी है, लेकिन साडा तन मन सब उत्थे जुड़िया है, जुड़िया होया उस मिट्टी नूं हमेशा प्यार करते हैं, रोजी रोटी मिल रही है, लेकिन फिर भी दिल है, फिर भी दिल है हिंदुस्तानी वाली गल, फिर भी असि पंजाबी है, अपने हिंदुस्तानी है, जिस तरह भी है रवांगे हमेशा और रवांगे, और खुशबू भी साडी यही चाहते हैं भी असं अपने सभ्याचार की सेवा करते रहिए, आपके कल्चर प्रमोट करते रहिए थोड़ा जहाँ, ता करके लोगों लोगों का जोड़ा दर वो भुलन, ईवन जाके कि कई बार एग्जाम्पल सरबजीत जी ये भी आई है कि मेरा एक बेटा मतलब वो इधरले पास फिनलैंड जमया पलिया, लेकिन वो अज के टाइम के जिस वक्त मैं प्रैक्टिस कर करता हों, मैं बजा उसमें इन्ना शौक उठे भी मैं भी इन्हू बजाव, उसने प्रैक्टिस कर मेरे ना भी वधिया बजाउंदा, कहता मामा मैं डैडी की विरासत संभाल के रखा हुआ, देखो मैं बजाऊंगा, पर मैं बजा लैंदा है, हाँ जी तुम भी बजाउंदा, पर मैं ये है मैं इन्ना माण होया भी देखो भी एक बच्चे जिसे अंदर उन्हें एक इस शौक न मेहनत मार के सीखा और अपने आप में लिया जा, पर मैंने भी मैं 10-20 साल होर भी चलूगी साथ चलूगा, चलो चलो जो जो ब्लड च आ गया तो वह भी बजाऊगा, मैं तो चाहता सी मैं तो यह सोचता सी पता नहीं ये चीज़ा हम खत्म हो जाएगी जब तक, पर जड़िया चीज़ा गह तुरपिया दर्शक भी सुन लैन, टीवी हर पासे चल रहा है, ਸਾਡੇ ਜਿਹੜੇ ਵੀਰ ਬਾਹਰ ਬੈਠੇ ਆ ਹੋਰ ਕੰਟਰੀ 'ਚ ਬੈਠੇ ਉਹ ਵੀ ਇਸ ਚੀਜ਼ ਨੂੰ ਸੁਣ ਤਾਂ ਕਿ ਖੁਸ਼ੀ ਮਹਿਸੂਸ ਕਰਕੇ ਉਹ ਪੰਜਾਬ ਦੇ ਨੇੜੇ ਆ, ਬਿਲਕੁਲ ਹਾਂਜੀ ਬਿਲਕੁਲ, ਤੁਹਾਨੂੰ ਜੀ ਮੈਂ ਲੋਕ ਤੱਤਾਂ ਦੀ ਜਦੋਂ ਗੱਲ ਹੁੰਦੀ ਹੈ ਹਾਂਜੀ ਤੁਹਾਨੂੰ ਇੱਕ ਸੱਸੀ ਸੁਣਾ ਹਾਸ਼ਮ ਦੀ ਹੈ, ਕਿਆ ਬਾਤ ਵੀ ਮੈਨੂੰ ਬੜੀ ਵਧੀਆ ਲੱਗੀ ਇਹਦੇ ਵਿੱਚ ਲਿਖਿਆ ਵੀ ਬੜਾ ਸੋਹਣਾ, ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ मरनी बला थोड़े मेरा पुन्नू शराबी कीता, एक अफसोस रहा मन मेरे हथियार विदाना कीता, एक अफसोस रहा मन मेरे ते हथियार विदाना कीता, नाजुक पैर मलूक सस्सी दे मेहंदी नाल शिंगारे, बालू रेत तपे विच थल दे ज्यों ज्यों पुन्न पठियारे, सूरज भज बढ़िया विच बदली डरदा लिशक न मारे, हाशम वेख यकीन सस्सी दा सिदको मूल नहारे, हाशम वेख यकीन सस्सी दा सिदको मूल नहारे, ओह तुर दी जावे उन पुन्नू नजर ना आवे,
ਉਹ ਤੁਰਦੀ ਜਾਵੇ ਉਹਨੂੰ ਪੁੰਨੂ ਨਜ਼ਰ ਨਾ ਆਵੇ ਓੜਕ ਵਕਤ ਕਹਿਰ ਦੀਆਂ ਕੂਕਾਂ ਓੜਕ ਵਕਤ ਕਹਿਰ ਦੀਆਂ ਕੂਕਾਂ ਸੁਣ ਪੱਥਰ ਢਲੇ ਜਾਵੇ ਜਿਸ ਡਾਚੀ ਮੇਰਾ ਪੁੰਨੂ ਖੜਿਆ ਛਾਲਾ ਮਰ ਦੋਜ਼ਖ ਬਣ ਜਾਵੇ ਜਾਂ ਉਸਨੇ ਹੋ ਲੱਗੇ ਵਿੱਚ ਬਿਰਹੋ ਵਾਂਗ ਸੱਸੀ ਜਲ ਜਾਵੇ ਹਾਸ਼ਮ ਮੌਤ ਪਵੇ ਕਰਵਾਨਾ ਤੁਖ ਜਮੀ ਗਲ ਜਾਵੇ ਉਹ ਤੁਰਦੀ ਜਾਵੇ ਉਹ ਪੁੰਨੂ ਨਜ਼ਰ ਨਾ ਆਵੇ ਤੁਰਦੀ ਜਾਵੇ ਉਹਨੂੰ ਪੁੰਨੂ ਨਜ਼ਰ ਨਾ ਆਵੇ ਕੁਝ ਡਿੱਗਦੀ ਕੁਝ ਟੈਂਦੀ ਬਹਿੰਦੀ ਜਿਸ ਵਕਤ ਸੱਸੀ ਤੁਰੀ ਜਾਂਦੀ ਆ ਮਾਰੂਥਲਾਂ ਦੇ ਵਿੱਚ ਤੇ ਤਪਸ਼ ਇੰਨੀ ਹੈ ਉਹ ਫਿਰ ਡਿੱਗ ਪੈਂਦੀ ਹੈ ਕੁਝ ਡਿੱਗਦੀ ਕੁਝ ਟੈਂਦੀ ਬਹਿੰਦੀ ਉੱਠਦੀ ਤੇ ਦਮ ਲੈਂਦੀ ਜਿਉ ਕਰ ਤੋੜ ਸ਼ਰਾਬੋ ਆਵੇ ਫਿਰ ਉੱਤੇ ਵਲ ਵਹਿੰਦੀ ਟੁੰਡੇ ਖੋਸ਼ ਉਤਰਦਾ ਕਿਤਵਲ ਹਰਗਿਜ਼ ਪਾਲ ਨਾ ਫੈਂਦੀ ਹਾਸ਼ਮ ਜਗਤ ਨਾ ਕਿਉ ਕਰ ਗਾਵੇ ਪ੍ਰੀਤ ਸਪੂਰਨ ਜੈਂਦੀ ਉਹ ਤੁਰਦੀ ਜਾਵੇ ਉਹਨੂੰ ਪੁੰਨੂ ਨਜ਼ਰ ਨਾ ਆਵੇ ਉਹ ਤੁਰਦੀ ਜਾਵੇ ਉਹਨੂੰ ਪੁੰਨੂ ਨਜ਼ਰ ਨਾ ਆਵੇ ਹਾਸ਼ਮ ਨੇ ਬੜੀ ਲਹਿੰਦੀ ਬੋਲੀ ਬੋਲੀ ਆ ਤੁਰਸਾ ਮੂਲ ਨਾ ਮੁੜ ਸਾਰਾ ਹੋ ਜਾਨ ਤਲੀ ਪੁਰ ਤਰਸਾ ਜਬ ਲਗ ਸਾਸ ਨਿਰਾਸ਼ ਨਾ ਹੋਵਾਂ ਜਬ ਲਗ ਸਾਸ ਨਿਰਾਸ਼ ਨਾ ਹੋਵਾਂ ਮਰਨੋ ਮੂਲ ਨਾ ਡਰਸਾ ਜੇ ਰੱਬ ਕੂਕ ਸੱਸੀ ਦੀ ਸੁਣਸਾ ਜੈ ਥਲਾਂ ਵਿੱਚ ਮਰਸਾ ਉਹ ਤੁਰਦੀ ਜਾਵੇ ਉਹਨੂੰ ਪੁੰਨੂ ਨਜ਼ਰ ਨਾ ਆਵੇ ਉਹ ਤੁਰਦੀ ਜਾਵੇ ਉਹਨੂੰ ਪੁੰਨੂ ਨਜ਼ਰ ਨਾ ਆਵੇ ਉਹ ਤੁਰਦੀ ਜਾਵੇ ਉਹਨੂੰ ਪੁੰਨੂ ਨਜ਼ਰ ਨਾ ਬਹੁਤ ਵਧੀਆ ਸਲਾਮ ਹੈ ਤੁਹਾਡੀ ਗਾਇਕੀ ਨੂੰ ਮੈਨੂੰ ਤੁਸੀਂ ਗਾ ਰਹੇ ਸੀ ਮੈਨੂੰ ਨਜ਼ਰ ਆ ਰਿਹਾ ਸੀ ਵਾਕਈ ਮੈਂ ਸੱਸੀ ਨੂੰ ਦੇਖ ਰਿਹਾ ਕਿ ਉਹ ਜਾ ਰਹੀ ਹੈ ਅਤੇ ਪੁੰਨੂ ਨੂੰ ਨਜ਼ਰ ਨਹੀਂ ਆ ਰਿਹਾ ਉਸ ਮਰੂਥਲ ਵਿੱਚ ਵਾਕਈ ਅਸੀਂ ਬਹੁਤ ਖੁਸ਼ ਨਸੀਬ ਹਾਂ ਕਿ ਤੁਹਾਡੇ ਵਰਗਾ ਹੀਰਾ ਸਾਡੇ ਕੋਲ ਐਸੀ ਆਪਣੀ ਧਰਤੀ 'ਤੇ ਵੀ ਹੈਗਾ ਜਿਹਨੇ ਆਪਣੀ ਪੰਜਾਬੀ ਅਤੇ ਪੰਜਾਬੀ ਨੂੰ ਸੰਭਾਲ ਕੇ ਰੱਖਿਆ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਸੋ ਅਸੀਂ ਵਾਕਈ ਬਹੁਤ ਖੁਸ਼ਕਿਸਮਤ ਹੈ ਕਿ ਤੁਸੀਂ ਇਸ ਯੂਰਪ ਦੀ ਧਰਤੀ 'ਤੇ ਰਹਿ ਰਹੇ ਹੋ ਤੁਹਾਡੇ ਵਰਗਾ ਹੀਰਾ ਸਾਡੇ ਵਿੱਚ ਮੌਜੂਦ ਹੈ ਜਿਹਨੇ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਔਰ ਉਹ ਵੀ ਖਾਸ ਕਰ ਤੂੰਬੀ ਦੇ ਨਾਲ ਔਰ ਆਪਣੀ ਗਾਇਕੀ ਦੇ ਨਾਲ ਹਾਰਮੋਨੀਅਮ ਦੇ ਨਾਲ ਕਿਉਂਕਿ ਬਹੁਤ ਘੱਟ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਬਾਹਰ ਆ ਕੇ ਅਤੇ ਅਸੀਂ ਬੜੇ ਖੁਸ਼ਕਿਸਮਤ ਹੈ ਕਿ ਸਾਡੇ ਵਿੱਚ ਤੁਸੀਂ ਆਏ ਔਰ ਜਦੋਂ ਵੀ ਹੁਣ ਤੁਹਾਨੂੰ ਨੈਕਸਟ ਟਾਈਮ ਮੌਕਾ ਮਿਲਿਆ ਸਾਡੇ ਸਟੂਡੀਓ ਵਿੱਚ ਜ਼ਰੂਰ ਆਇਓ ਕਿਉਂਕਿ ਹੁਣ ਟਾਈਮ ਦੀ ਵੀ ਪਾਬੰਦੀ ਹੈ ਸਾਨੂੰ ਅਤੇ ਅਸੀਂ ਹਮੇਸ਼ਾ ਤੁਹਾਡਾ ਇੰਤਜ਼ਾਰ ਕਰਾਂਗੇ ਸਾਡੇ ਸਟੂਡੀਓ ਵਿੱਚ ਆਵਾਂ ਔਰ ਅਸੀਂ ਇਹੀ ਅਰਦਾਸ ਕਰਾਂਗੇ ਵਾਹਿਗੁਰੂ ਅੱਗੇ ਕਿ ਤੁਸੀਂ ਇਸ ਤਰ੍ਹਾਂ ਹੀ ਆਪਣੀ ਗਾਇਕੀ ਨੂੰ ਆਪਣੇ ਲੋਕ ਤੱਤ ਨੂੰ ਬਚਾ ਕੇ ਰੱਖਿਓ ਔਰ ਜਿੱਥੇ ਵੀ ਜਾਓ ਤੁਸੀਂ ਇਸ ਨੂੰ ਅੱਗੇ ਵਧਾਉਂਦੇ ਰਹੋ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਦੇਖਿਓ ਦੋਸਤੋ ਇਹ ਸੀ ਸਾਡੇ ਵੀਰ ਸ਼ੇਰ ਜੰਗ ਬਹਾਦਰ ਜੀ ਜੋ ਕਿ ਫਿਨਲੈਂਡ ਦੀ ਧਰਤੀ ਤੋਂ ਸਾਡੇ ਵਿੱਚ ਆਏ ਸੀ ਸਾਡੇ ਸਟੂਡੀਓ ਵਿੱਚ ਅਤੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਵਾਅਦਾ ਕੀਤਾ ਕਿ ਹਰ ਵਾਰੀ ਤੁਹਾਨੂੰ ਇਸ ਤਰ੍ਹਾਂ ਹੀ ਕਲਾਕਾਰਾਂ ਨਾਲ ਮਿਲਾਇਆ ਕਰਾਂਗੇ ਔਰ ਅਸੀਂ ਇਸ ਕੋਸ਼ਿਸ਼ ਨੂੰ ਹਮੇਸ਼ਾ ਜਾਰੀ ਰੱਖਾਂਗੇ ਤੁਸੀਂ ਆਪਣਾ ਪੂਰਾ ਸਾਥ ਦਿਓ ਅਗਰ ਤੁਹਾਡੇ ਵੀ ਵਿੱਚੋਂ ਕੋਈ ਐਸਾ ਕਲਾਕਾਰ ਹੈ ਜੋ ਇਸ ਚੀਜ਼ ਨੂੰ ਰੱਖ ਸਕ ਆਪਣੀ ਵਿਰਾਸਤ ਨੂੰ ਜਿੰਦਾ ਰੱਖ ਰਿਹਾ ਉਹਦਾ ਜੀ ਆਇਆ ਸਾਡੇ ਸਟੂਡੀਓ ਵਿੱਚ ਹਮੇਸ਼ਾ ਤੁਸੀਂ ਆ ਸਕਦੇ ਹੋ ਸਾਡੇ ਨਾਲ ਕੋਂਟੈਕਟ ਕਰ ਸਕਦੇ ਹੋ ਅਤੇ ਅਸੀਂ ਹਮੇਸ਼ਾ ਤੁਹਾਡਾ ਇੰਤਜ਼ਾਰ ਕਰਾਂਗੇ ਸੋ ਹੁਣ ਸਾਨੂੰ ਦੇ ਇਜਾਜ਼ਤ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅਤੇ ਆਪਣੀ ਦੁਆਵਾਂ 'ਚ ਸਾਨੂੰ ਯਾਦ ਰੱਖਣਾ ਸਤਿ ਸ਼੍ਰੀ ਅਕਾਲ